A very good day to all of you. Today, two students of our school making a stethoscope using raw material from home. ਇਹ ਕਿਰਿਆ ਦਾ ਨਾਮ ਹੈ ਇੱਕ ਸਧਾਰਨ ਸਟੈਥੋਸਕੋਪ ਬਣਾਉਣਾ। ਇਸ ਲਈ ਲੋੜੀਂਦੀ ਸਮੱਗਰੀ ਇੱਕ ਕੀਫ, ਗੁਬਾਰੇ, ਰਬੜ ਟੇਪ, ਇੱਕ ਰਬੜ ਦਾ ਪਾਈਪ। ਇਸ ਨੂੰ ਬਣਾਉਣ ਦੀ ਵਿਧੀ, ਪਹਿਲਾਂ ਰਬੜ ਦੇ ਪਾਈਪ ਵਿੱਚ ਕੀਫ ਨੂੰ ਫਸਾ ਲਿਆ ਜਾਵੇਗਾ ਅਤੇ ਫਿਰ ਕੀਫ ਫਿਰ ਗੁਬਾਰੇ ਨੂੰ ਫੈਲਾ ਕੇ ਫਿਰ ਕੀਫ ਦੇ ਉੱਤੇ ਬਿਠਾ ਲਿਆ ਜਾਵੇਗਾ ਅਤੇ ਫਿਰ ਇਸ ਨੂੰ ਟੇਪ ਦੇ ਨਾਲ ਜੋੜ ਦਿੱਤਾ ਜਾਵੇਗਾ ਜਿਸ ਕਰਕੇ ਆਪਣੀ ਜਗ੍ਹਾ ਤੋਂ ਨਾ ਖਿਸਕੇ। ਇਸ ਦਾ ਪ੍ਰਯੋਗ, ਇਸ ਨੂੰ ਚੈਸਟ ਪੀਸ ਕਹਿੰਦੇ ਹਨ ਅਤੇ ਇਸ ਨੂੰ ਏਅਰ ਪੀਸ ਕਹਿੰਦੇ ਹਨ। ਵਿਅਕਤੀ ਚੈਸਟ ਪੀਸ ਨੂੰ ਵਿਅਕਤੀ ਦੇ ਦਿਲ ਉੱਤੇ ਰੱਖ ਕੇ ਅਤੇ ਏਅਰ ਪੀਸ ਨੂੰ ਕੰਨ ਵਿੱਚ ਲਗਾ ਕੇ ਅਸੀਂ 1 ਮਿੰਟ ਵਿੱਚ ਦਿਲ ਦੀ ਧੜਕਣ ਚੈੱਕ ਕਰ ਸਕਦੇ ਹਾਂ। 1 ਮਿੰਟ ਵਿੱਚ ਜਿਸੇ ਵੀ ਵਿਅਕਤੀ ਦਾ ਦਿਲ ਧੜਕਦਾ ਹੈ ਉਸ ਨੂੰ ਅਸੀਂ ਦਿਲ ਦੀ ਧੜਕਣ ਕਹਿੰਦੇ ਹਾਂ। ਇੱਕ ਬਾਲਕ ਦੀ ਦਿਲ ਦੀ ਧੜਕਣ 60 ਤੋਂ 100 ਦੇ ਵਿਚਕਾਰ ਹੋ ਸਕਦੀ ਹੈ। ਇਸ ਨੂੰ ਡਾਕਟਰੀ ਸਟੈਥੋਸਕੋਪ ਕਹਿੰਦੇ ਹਨ ਜਿਸ ਨਾਲ ਅਸੀਂ ਆਪਣੇ ਦਿਲ ਦੀ ਧੜਕਣ ਮਾਪ ਸਕਦੇ ਹਾਂ। ਥੈਂਕ ਯੂ ਵੈਰੀ ਮੱਚ। ਥੈਂਕ ਯੂ ਵੈਰੀ ਮੱਚ।